सुप्रीम कोर्ट ने निर्णय किया। सुप्रीम कोर्ट ने कहा कि 50% से अब आगे किसी को कोई आरक्षण बढ़ाने का हक नहीं है। पूरे हिंदुस्तान में अब 50% पर कैप लग गया है, उसके आगे कोई सरकार जा नहीं सकती, सुप्रीम कोर्ट ने कहा। अब किसी को भी आगे बढ़ना है तो उसमें से कोई न कोई बेईमानी करनी पड़ती है। सामान्य वर्ग के गरीबों को 10% आरक्षण पर मोहर लगाकर सबका साथ सबका विकास के मंत्र को और मजबूत करने का काम किया गया है। ये अतिरिक्त 10% देकर के हम सबको न्याय देने की दिशा में काम किया है। ਇਹ ਸਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 2 ਬਿਲਕੁਲ ਹੀ ਵੱਖ ਵੱਖ ਬਿਆਨ। 2019 ਦੇ ਬਿਆਨ ਵਿੱਚ ਨਰਿੰਦਰ ਮੋਦੀ ਦਾ ਕਹਿਣਾ ਹੈ ਕਿ ਉਹ ਆਰਥਿਕ ਪੱਖੋਂ ਪਿਛੜੇ ਲੋਕਾਂ ਲਈ 10% ਰਾਖਵਾਂਕਰਨ ਲਿਆਉਣਗੇ, ਜਦਕਿ 2015 ਵਿੱਚ ਬਿਹਾਰ ਵਿੱਚ ਦਿੱਤੇ ਉਹਨਾਂ ਦੇ ਖੁਦ ਦੇ ਹੀ ਬਿਆਨ ਵਿੱਚ ਨਰਿੰਦਰ ਮੋਦੀ ਨੇ ਮੰਨਿਆ ਸੀ ਕਿ ਦੇਸ਼ ਦੀ ਮਾਨਯੋਗ ਸੁਪਰੀਮ ਕੋਰਟ ਨੇ 50% ਤੋਂ ਵੱਧ ਰਾਖਵਾਂਕਰਨ ਤੇ ਰੋਕ ਲਗਾਈ ਹੋਈ ਹੈ, ਜਿਸ ਦਾ ਮਤਲਬ ਹੈ ਜੇ ਕੋਈ ਹੋਰ ਰਾਖਵਾਂਕਰਨ ਲਿਆਉਣ ਦੀ ਸੋਚਦਾ ਹੈ ਤਾਂ ਉਹਨੂੰ ਪਹਿਲੇ ਦਿੱਤੇ ਹੋਏ ਰਾਖਵਾਂਕਰਨ ਚੋਂ ਹੀ ਘਟਾ ਕੇ ਦੇਣਾ ਪਵੇਗਾ। ਨਰਿੰਦਰ ਮੋਦੀ ਦੇ ਇਹ ਵੱਖ ਵੱਖ ਬਿਆਨ ਸਾਡੇ ਲਈ ਨਵੇਂ ਸਵਾਲ ਖੜੇ ਕਰਦੇ ਨੇ, ਜਿਵੇਂ ਕਿ ਕਿਉਂ 4 ਸਾਲ ਬਾਅਦ ਮੋਦੀ ਸਰਕਾਰ ਨੂੰ ਯਾਦ ਆਇਆ ਜਨਰਲ ਵਰਗ ਦਾ ਖਿਆਲ, ਕਿਉਂ ਇਹ ਇਤਿਹਾਸਿਕ ਫੈਸਲਾ ਲੋਕ ਸਭਾ ਚੋਣਾਂ ਨਜ਼ਦੀਕ ਆਉਣ ਤੇ ਹੀ ਲਿਆ ਗਿਆ, ਕੀ ਇਹ ਛੱਤੀਸਗੜ੍ਹ ਗੁਜਰਾਤ ਅਤੇ ਰਾਜਸਥਾਨ 'ਚ ਹਾਰ ਤੋਂ ਬਾਅਦ ਮੋਦੀ ਸਰਕਾਰ ਦਾ ਹੈ ਡਰ ਜਾਂ ਹੈ ਕੋਈ ਸਿਆਸੀ ਜੁਮਲਾ? ਸੁਪਰੀਮ ਕੋਰਟ ਦੇ 50% ਰਾਖਵਾਂਕਰਨ ਦੇ ਆਦੇਸ਼ਾਂ ਨੂੰ ਕਿਉਂ ਕੀਤਾ ਜਾ ਰਿਹਾ ਨਜ਼ਰਅੰਦਾਜ਼? ਪੰਜਾਬ ਟੁਡੇ ਵੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ। ਅੱਜ ਆਪਾਂ ਗੱਲ ਕਰਾਂਗੇ ਸਿਆਸਤ 'ਚ ਗਰਮਾਏ ਹੋਏ ਮੁੱਦੇ, ਭਾਵ 10% ਜਨਰਲ ਵਰਗ ਦਾ ਰਾਖਵਾਂਕਰਨ। 7 ਜਨਵਰੀ 2019 ਨੂੰ ਆਪਣੀ ਕੇਂਦਰੀ ਸਰਕਾਰ ਨੇ ਲਾਗੂ ਕੀਤਾ ਕਿ 10% ਰੈਜ਼ਰਵੇਸ਼ਨ ਆਰਥਿਕ ਪੱਖੋਂ ਪਿਛੜੇ ਵਰਗ ਨੂੰ ਦਿੱਤੀ ਜਾਣੀ ਚਾਹੀਦੀ ਹੈ। ਇਹ 10% ਰੈਜ਼ਰਵੇਸ਼ਨ ਮੌਜੂਦਾ ਰੈਜ਼ਰਵੇਸ਼ਨ ਤੋਂ ਬਾਅਦ ਆਉਂਦੀ ਹੈ। 10% ਰੈਜ਼ਰਵੇਸ਼ਨ ਕਿਸ ਆਧਾਰ ਤੇ ਲਾਗੂ ਹੋਵੇਗੀ, ਆਓ ਕਰਦੇ ਹਾਂ ਗੱਲ। 8 ਲੱਖ ਸਾਲਾਨਾ ਆਮਦਨ ਜਾਂ ਉਹਦੇ ਤੋਂ ਘੱਟ। ਅੰਕੜੇ ਸਾਨੂੰ ਦੱਸਦੇ ਹਨ ਕਿ ਸਾਡੇ ਦੇਸ਼ 95% ਘਰਾਂ ਦੀ ਸਾਲਾਨਾ ਕਮਾਈ 8 ਲੱਖ ਤੋਂ ਘੱਟ ਹੈ। 12 ਜਨਵਰੀ 2018 ਨੂੰ ਅਰੁਣ ਜੇਤਲੀ ਨੇ ਆਖਿਆ ਸੀ ਕਿ ਸਿਰਫ 70% ਲੋਕ ਆਪਣੇ ਦੇਸ਼ ਦੀ ਜਨਸੰਖਿਆ ਚੋਂ ਆਪਣੀ ਸਾਲਾਨਾ ਕਮਾਈ 5 ਲੱਖ ਤੋਂ ਵੱਧ ਦਿਖਾਉਂਦੇ ਹਨ। ਦੂਜਾ, ਖੇਤੀਬਾੜੀ ਜ਼ਮੀਨ 5 ਏਕੜ ਜਾਂ 5 ਏਕੜ ਤੋਂ ਘੱਟ। ਜੇ ਅੰਕੜਿਆਂ ਦੀ ਗੱਲ ਕਰੀਏ, ਅੰਕੜੇ ਦਰਸਾਉਂਦੇ ਹਨ ਕਿ 86% ਲੋਕਾਂ ਕੋਲ ਜ਼ਮੀਨ 5 ਏਕੜ ਤੋਂ ਘੱਟ ਹੈ। ਤੀਜਾ, ਘਰ 1000 ਸਕੁਅਰ ਫੀਟ 'ਚ ਹੋਵੇ ਜਾਂ ਉਹਦੇ ਤੋਂ ਘੱਟ। ਅੰਕੜਿਆਂ ਨੂੰ ਦੇਖ ਕੇ ਪਤਾ ਲੱਗਦਾ ਹੈ ਕਿ 80% ਲੋਕਾਂ ਦੇ ਘਰ 500 ਸਕੁਅਰ ਫੀਟ ਜਾਂ ਉਹਦੇ ਤੋਂ ਘੱਟ ਵਿੱਚ ਹਨ। ਚੌਥਾ, ਘਰ ਦਾ ਪਲਾਟ 100 ਗਜ਼ ਦੇ ਬਰਾਬਰ ਜਾਂ ਉਹਦੇ ਤੋਂ ਘੱਟ ਹੋਣਾ ਚਾਹੀਦਾ ਹੈ, ਇਹ ਤੁਹਾਡਾ ਘਰ ਮਿਊਨਸੀਪੈਲਿਟੀ ਵਿੱਚ ਆਉਂਦਾ ਹੈ। ਜੇ ਤੁਹਾਡਾ ਘਰ ਨੌਨ ਮਿਊਨਸੀਪੈਲਿਟੀ 'ਚ ਹੈ ਤਾਂ 200 ਗਜ਼ ਜਾਂ ਉਹਦੇ ਤੋਂ ਘੱਟ। ਜੇ ਆਪਾਂ ਕੁੱਲ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਇਹਦੇ ਤੋਂ ਪਤਾ ਲੱਗਦਾ ਹੈ 80 ਤੋਂ 90% ਲੋਕਾਂ ਨੂੰ ਰੈਜ਼ਰਵੇਸ਼ਨ ਲੈਣ ਦਾ ਹੱਕ ਹੈ। ਕੀ ਆਪਾਂ ਇਹ ਸਮਝੀਏ ਕਿ ਰੈਜ਼ਰਵੇਸ਼ਨ ਸਾਰਿਆਂ ਨੂੰ ਦੇ ਦਿੱਤੀ ਗਈ ਹੈ ਸਿਰਫ 10% ਨੂੰ ਛੱਡ ਕੇ? ਜੇ ਰੈਜ਼ਰਵੇਸ਼ਨ ਹਰ ਇੱਕ ਲੈ ਸਕਦਾ ਹੈ ਤਾਂ ਮੈਰਿਟ ਲਿਸਟ ਕਿਸ ਬੇਸ 'ਤੇ ਬਣੇਗੀ? ਜੇ ਆਪਾਂ ਪੇਂਡੂ ਵਰਗ ਦੀ ਗੱਲ ਕਰੀਏ ਤਾਂ ਪਿੰਡਾਂ ਵਿੱਚ ਰਹਿਣ ਵਾਲੇ 75% ਲੋਕਾਂ ਦੀ ਮੰਥਲੀ ਕਮਾਈ 5000 ਤੋਂ ਵੀ ਘੱਟ ਹੈ।
ਅਤੇ 57% ਲੋਕਾਂ ਕੋਲ ਆਪਣੀ ਜ਼ਮੀਨ ਹੀ ਨਹੀਂ। ਇਹਨਾਂ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਰੀਬ 80% ਲੋਕ ਇਸ ਰੈਜ਼ਰਵੇਸ਼ਨ ਦੇ ਹੱਕਦਾਰ ਹਨ। ਰੈਜ਼ਰਵੇਸ਼ਨ ਦੇਣ ਦਾ ਕਾਰਨ ਸੀ ਕਿ ਕਿਸੇ ਵੀ ਸ਼੍ਰੇਣੀ 'ਚੋਂ ਪਿਛੜੇ ਵਰਗਾਂ ਨੂੰ ਬਰਾਬਰ ਲਿਆਉਣ ਲਈ। ਪਰ ਇਸ ਰੈਜ਼ਰਵੇਸ਼ਨ ਦੇ ਨਾਲ ਕਿਸ ਵਰਗ ਨੂੰ ਬਰਾਬਰਤਾ ਮਿਲ ਰਹੀ ਹੈ, ਇਹ ਸਵਾਲ ਵੀ ਖੜਾ ਹੁੰਦਾ ਹੈ। ਤੁਹਾਨੂੰ ਦੱਸ ਦਈਏ, 1992 ਵਿੱਚ ਸੁਪਰੀਮ ਕੋਰਟ ਨੇ 50% ਤੋਂ ਵੱਧ ਰੈਜ਼ਰਵੇਸ਼ਨ ਤੇ ਰੋਕ ਲਗਾਈ ਸੀ। ਪਰ ਆਖਿਰ ਸਰਕਾਰ ਨੇ ਕਿਉਂ ਕੀਤਾ ਸੁਪਰੀਮ ਕੋਰਟ ਦੇ ਇਸ ਫੈਸਲੇ ਨੂੰ ਨਜ਼ਰ ਅੰਦਾਜ਼? ਆਖਿਰ ਕਿਸ ਗੱਲ ਦਾ ਡਰ ਸਤਾ ਰਿਹਾ ਹੈ ਮੋਦੀ ਸਰਕਾਰ ਨੂੰ? ਤੁਹਾਨੂੰ ਦੱਸ ਦਈਏ ਕਿ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਵੀ ਇਸ ਬਿੱਲ ਤੇ ਸਾਈਨ ਕਰਕੇ ਇਸ ਨੂੰ ਪਾਸ ਕਰ ਦਿੱਤਾ ਹੈ। ਹੁਣ ਨਜ਼ਰਾਂ ਟਿਕੀਆਂ ਹਨ ਤਾਂ ਸਿਰਫ ਸੁਪਰੀਮ ਕੋਰਟ ਤੇ। ਧੰਨਵਾਦ। If you like our channel, please subscribe, and to get notifications about news, please click the bell icon.